una lupa, Miguel, te dejo la ਦੂਰ ਕਰੇ ਬਾਬਾ ਚੜ੍ਹਦੀ ਕਲਾ ਕਰੇ ਵਾਹ ਵੀ ਭਲਵਾਨਾ ਰਾਜੀ ਰਹਿ ਹੋਰ ਬਾਬਾ ਕਿੱਥੋਂ ਆਇਆ ਬਸ ਆਏ ਆ ਘਰੋਂ ਕਿਹੜੇ ਘਰੋਂ ਘਰ ਆਪਣੇ ਘਰੋਂ ਬਾਬਾ ਤੈਨੂੰ ਇੱਕ ਗੱਲ ਦੱਸਾਂ ਦੋ ਦੱਸ ਤੇਰੇ ਪੈਰ ਚੱਕਰ ਲੱਗਾ ਤੇਰੇ ਪੈਰ ਚੱਕਰ ਲਾਇਆ ਕਿਸੇ ਨੇ ਅੱਛਾ ਤੇਰੇ ਪੈਰਾਂ ਦੀ ਮਿੱਟੀ ਚੱਕ ਲਈ ਆ ਓ ਵਾਹ ਤੇਰੇ ਖਰੀ ਗੱਲ ਮੰਨਦਾ ਬਾਬਿਆਂ ਨੂੰ ਮੰਨ ਗਏ ਜੀ ਬਾਬਿਆਂ ਨੂੰ ਮੰਨ ਗਏ ਜੀ ਤੈਨੂੰ ਗਿੱਦੜ ਸਿੰਘ ਹੀ ਦਈਏ ਨਾ ਜੀ ਵਿੰਗ ਧੜੰਗੀ ਹੋਜੂ ਵਿੰਗ ਧੜੰਗੀ ਹੋਜੂ ਹੋਰ ਬਾਬਾ ਕਿੱਥੋਂ ਆਇਆ ਤਾਂ ਇੱਥੋਂ ਆਇਆ ਟਾਂਡੇ ਤੋਂ ਟਾਂਡੇ ਟਾਂਡਾ ਇੱਧਰ ਥੋੜ੍ਹੀ ਇੱਧਰ ਹੁਸ਼ਿਆਰਪੁਰ ਵਾ ਓ ਸੱਚੀ ਟਾਂਡਾ ਇੱਧਰ ਹੈ ਸੱਚੀ ਤੈਨੂੰ ਦੱਸਿਆ ਨਾ ਬਾਬਾ ਤੇਰੇ ਪੈਰ ਚੱਕਰ ਲੱਗਾ ਆ ਚੱਲ ਹੋਰ ਠੀਕ ਠਾਕ ਚੱਲ ਬੀਨ ਜੀ ਵਜਾ ਕੇ ਤਾਂ ਦਿਖਾ ਬੀਨ ਸੁਣ ਤੂੰ ਜਿੱਦਾਂ ਮਰਜ਼ੀ ਜੀ ਸਰ ਕੇ ਖੁਸ਼ ਹੈ ਖੁਸ਼ ਹਾਂ ਰਾਜੀ ਰਹਿ ਮੈਂ ਕਦੇ ਤੈਨੂੰ ਮੈਂ ਨਿਸ਼ਾਨੀ ਦਿਆਂਗਾ ਜ਼ਰੂਰ ਚੰਗਾ ਤੂੰ ਮੇਰੀ ਸਹੇਲੀ ਆ ਮਾਮਾ ਨਿਸ਼ਾਨੀ ਦੇਣੀ ਮੈਂ ਕਿਹਾ ਤੂੰ ਮੇਰੀ ਸਹੇਲੀ ਆ ਜਿਹੜੀ ਨਿਸ਼ਾਨੀ ਦੇਣੀ ਆ ਸਹੇਲੀ ਫਕੀਰ ਹੀ ਹੁੰਦੇ ਨੇ ਹਾਏ ਓਏ ਸੱਚੀ ਆ ਜਾ ਪੋਲਿਆ ਠੀਕ ਆ ਸਿੱਟਾਂ ਦੀ ਨਿਸ਼ਾਨੀ ਬਹੁਤ ਚੰਗੀ ਹੁੰਦੀ ਹੈ ਸਹੀ ਆ ਰੱਖ ਲਈਏ ਤੇ ਪੱਥਰ ਕੰਮ ਆ ਜਾਂਦਾ ਠੀਕ ਆ ਠੀਕ ਹੈ ਸਹੀ ਆ ਰੱਖੇਗਾ ਨਿਸ਼ਾਨੀ ਕਿ ਵੇਚੇ ਨਹੀਂ ਹੁਣ ਰਹਿਣ ਦੇ ਫੇਰ ਦੇ ਜੀ ਆ ਜਾ ਪੋਲਿਆ ਹਜੇ ਮੇਰੀ ਕਿਸੇ ਹੋਰ ਨਾਲ ਗੱਲ ਆ ਚੰਗਾ ਬਾਬਾ ਉਦਾਂ ਜਿਗਰੇ ਆ ਨਾ ਚੰਗਾ ਸਮਾਨ ਚੁੱਕ ਕੇ ਤੁਰਿਆ ਯਾਰ ਏਦਾਂ ਹੀ ਭਾਰ ਕਿੰਨਾ ਚੱਕਿਆ ਆ ਬਸ ਭਾਰ ਚੁੱਕਣਾ ਹੀ ਆ ਸਾਰੀ ਉਮਰ ਹੀ ਜਿਵੇਂ ਚੁੱਕਰ ਜਿੰਦ ਚੱਲਦੀ ਹੈ ਸਹੀ ਆ ਸਹੀ ਆ ਰਣਵੀਰ ਕਿੱਦਾਂ ਲੱਲੀਆਂ ਵਾਲਿਆਂ ਦੀ ਕਣਕ ਖਾਣ ਦੇ ਓ ਦੇਖੋ ਹੈ ਹੀ ਨਹੀਂ ਸਾਰਾ ਢੰਗਰ ਤਾਂ ਹੈ ਹੀ ਕੋਈ ਨਹੀਂ ਬਾਪੂ ਦੇ ਨਿਕਲ ਗਿਆ ਹੋਣਾ ਬਾਪੂ ਦਾ ਯਾਰ ਲੈ ਗਿਆ ਹੋਣਾ ਕਿਸੇ ਪਾਸੇ ਨੂੰ ਕਹਿੰਦਾ ਹੋਣਾ ਸਾਡੇ ਡੰਗਰ ਨੇ ਤਾਂ ਲੇਟ ਆਉਣਾ ਮੈਂ ਹੀ ਡੰਗਰ ਕੱਢਿਆ ਵਾ ਹੈ ਹੀ ਨਹੀਂ ਮਾਮਾ ਇੱਥੇ ਤੂੰ ਜੇ ਦੇਖੇ ਸੀ ਤਾਂ ਫੇਰ ਮਾਮਾ ਪਹਿਲਾਂ ਕੱਢ ਜਾਂਦਾ ਕੀ ਹੌਸਲਾ ਮੈਂ ਤੇਰੇ ਕੋਲ ਆਉਣ ਲੱਗਾ ਸੀ ਤੇ ਮੈਂ ਕਿਹਾ ਯਾਰ ਧਾਮੀ ਕੋ ਜਾਣਾ ਜ਼ਰੂਰੀ ਆ ਭਰਾ ਕਿਸੇ ਨੂੰ ਕੋਈ ਗੱਲ ਨਹੀਂ ਜਾ ਉਸਦਾ ਹੀ ਆ ਪਹਿਲਾਂ ਡੰਗਰ ਕੱਢ ਕੇ ਉਹਨਾਂ ਦੀ ਜਿਹੜੀ ਕਣਕ ਖਾਣੀ ਆ ਮੁੜ ਕੇ ਉਹ ਜ਼ਰੂਰੀ ਆ ਕਿ ਮੇਰੇ ਤੋਂ ਆਉਣਾ ਧਾਮੀ ਇੱਕ ਬੋਰੀ ਖਾ ਗਏ ਉਹਨੇ ਕਣਕ ਦੀ ਉਹ ਧਾਮੀ ਜੇ ਵਾਰੀ ਕਣਕ ਕੱਟਣੀ ਹੈ ਓਕੇ ਜੇ ਵਾਰੀ ਕਣਕ ਜੱਗੇ ਹੋਣਾ ਦੀ ਕੁੱਤਿਆਂ ਨਾਲ ਗੱਲ ਕਰ ਇਹਨਾਂ ਨੂੰ ਪਤਾ ਹੋਣਾ ਕਿੱਥੇ ਆ ਉਹ ਮੇਰੇ ਗੱਲ ਸੁਣੋ ਭਰਾਵੋ ਆਪਣੇ ਬੱਚੇ ਦੇਖਦੇ ਬੱਚੇ ਦੇਖੇ ਕਾਲੂ ਕਾਲੂ ਨੀ ਯਾਰ ਭੂਰਾ ਪੈਰ ਲੱਤ ਹੀ ਨਾ ਫੜ ਲੈ ਜਾਣਦਾ ਜਾਣਦਾ ਤੈਨੂੰ ਸਹੀ ਆ ਡੈਡੀ ਨਾ
ਉਹ ਵਿੱਚ ਦੀ ਕੱਢਦੇ ਹੁਣ ਅੰਕਲ ਨੇ ਉਧਰ ਦੀ ਘੁਮਾਈ ਜਾਂਦਾ ਘਰਦਿਆਂ ਨੇ ਕਹਿਣਾ ਕਿੱਧਰ ਗਿਆ ਸੀ ਮਾਣਾ ਇੱਕ ਡੰਗਰ ਨਾਲ ਡੰਗਰ ਕੱਢਣ ਗਿਆ ਸੀ ਕੋਈ ਡੀ ਬੱਟ ਮਾ ਮੋਰੇ ਮਾਮਾ ਕਿੱਦਾਂ ਚਾੜਨੀ ਆ ਮੈਂ ਤਾਂ ਕਿੱਦਾਂ ਚਾੜਨੀ ਆਹੋ ਤਾਂ ਰਾਜ ਹੈ ਨੀ ਗਾ ਹੁਣ ਸਦਾਈ ਇੱਧਰ ਬੱਟ ਕਿੱਦਾਂ ਚੜਾਉਣਾ ਉੱਧਰ ਮੋਟਰਸਾਈਕਲ ਨੂੰ ਮੈਨੂੰ ਉਤਾਰਦੀ ਪਹਿਲਾਂ ਭਰਾਵਾ ਮਾਮਾ ਜੇ ਚੜ ਵੀ ਗਿਆ ਕੱਢਣਾ ਗਿਆ ਇਹਨੂੰ ਮੁੜ ਕੇ ਚਲੋ ਵੈਰੀ ਗੁੱਡ ਤੇਰੇ ਉਹ ਧੂੰਆਂ ਇੱਕਦਮ ਮਾਂਡੇ ਆ ਇੰਨੇ ਕੁ ਥਾਂ 'ਤੇ ਚਲੋ ਹੁਣ ਜੋ ਵਿੱਚ ਦੀ ਲਓ ਜੀ ਆਹ ਕੰਮ ਆ ਮੁੰਡਿਆਂ ਦੇ ਅੱਗੇ ਯਾਰ ਸਰੋਂ ਦਾ ਫੁੱਲ ਕਿਤੇ ਕਿਤੇ ਹੋਏ ਆ ਤੁਸੀਂ ਫੇਰ ਦਿਓ ਇਹੀ ਦੇਈ ਦੀ ਡੰਗਰਾਂ ਨਾਲੋਂ ਜ਼ਿਆਦਾਤਰ ਫਸਲਾਂ ਤੁਸੀਂ ਖਰਾਬ ਕਰ ਦੇਣੀਆਂ ਇੱਦਾਂ ਮੋਰੇ ਸੂਰ ਨਾ ਟੱਕਰ ਜਾਏ ਭਰਾਵਾ ਬਾਕੀ ਕੋਈ ਗੱਲ ਉਹ ਤੇਰੀ ਓਏ ਜਾਣਾ ਕਿੱਥੇ ਰਵਾ ਜਾਣਾ ਕਿੱਥੇ ਰਵਾ ਕਹਿੰਦਾ ਜਾਣਾ ਤੈਨੂੰ ਪੁੱਛਿਆ ਭਾਈ ਤਾਂ ਵੀ ਰਾਹ ਸਾਹ ਤਾਰ ਨਾਲ ਆਈ ਹੋਵੇ ਮੈਨੂੰ ਪਤਾ ਇਹ ਵਿੱਚ ਦੀ ਰਾਹ ਹੈਗਾ ਆਹੋ ਰਾਹ ਤਾਂ ਹੈਗਾ ਆ ਡੰਗਰ ਡੁੰਗਰ ਕਿਤੇ ਨੀ ਕੋਈ ਦੀਦਾ ਤੂੰ ਐਵੇਂ ਟਾਈਮ ਡੰਗਰ ਬੇਚਾਰੇ ਨਿਕਲ ਵੀ ਗਏ ਹੋਣੇ ਤਾਂ ਤੁਸੀਂ ਇਹੀ ਦੇਈਦੀ ਉੱਦਾਂ ਹੀ ਫੇਰੀ ਜਾਓ ਆ ਗਿਆ ਰਾਹ ਸਾਰਾ ਮੇਰੇ ਬਣ ਦੇ ਕੀ ਗਿਆ ਮਿੱਛੇ ਦੇ ਤਾਂ ਜਿਹੜੇ ਫੁੱਲ ਪਾਏ ਆ ਆਹ ਦੇ ਤਾਂ ਜਿਹੜੇ ਫੁੱਲ ਪਾ ਕੇ ਮੇਰੇ ਦੇ ਤਾਂ ਮੈਨੂੰ ਆਪਣਾ ਝਾੜ ਲੈਣਾ ਕੰਮ ਸਾਰੇ ਗਏ ਕਿੱਧਰ ਹੀ ਉਹ ਮੈਂ ਦੀ ਆ ਓਹੋ ਆਹ ਤਾਂ ਦੇਖ ਲਓ ਮੂਰਖ ਭਾਜੀ ਏਦਾਂ ਮੈਂ ਮਾਟਰ ਦਿਖਾਉਣਾ ਉਹ ਡੰਗਰ ਖੜੇ ਜਾ ਕੇ ਦੇਖ ਲਓ ਕਿੱਧਰ ਦੀ ਘੁੰਮ ਘੁੰਮ ਕੇ ਆਉਣਾ ਪਿਆ ਡੰਗਰ ਹੁਣੀ ਉਹ ਖੜੇ ਆ ਸਾਹਮਣੇ ਕੁਛ ਨੀ ਤੇ ਰਾਮ ਨੀ ਹਾਲ ਤੇਰਾ ਡੰਗਰ ਦਾ ਖਾ ਪੀ ਕੇ ਚੱਲ ਵੀ ਗਿਆ ਉਹ ਆ ਡੰਗਰ ਪਿੰਡ ਦੇ ਕੋਲ ਖੜੇ ਤਾਂ ਚੋਜ ਲੈ ਘੁੰਮੀ ਜਾਂਦਾ ਹਾਲ ਦੇਖ ਲਾ ਤੇਰਾ ਕੀ ਆ ਡੰਗਰ ਉਹ ਚੰਗੀ ਚਾਹੁੰਦੇ ਆ ਪੰਜ ਡੰਗਰ ਇਕੱਠੇ ਹੀ ਆ ਸਾਡੇ ਹਿਲਦੇ ਵੀ ਨਹੀਂ ਉਹ ਸਿੰਘ ਨਿਕਾ ਲੈਣਾ ਤੇਰੇ ਤੈਨੂੰ ਦੱਸਾਂ ਫਿਰ ਚਲਾ ਗਏ ਪਿੱਛੇ ਮੋੜ ਨਾ ਫਿਰ ਇੱਧਰ ਦੀ ਮੋੜ ਮੋਰਿਓ ਵੀ ਗੱਡੀ ਆ ਗਈ ਨਾ ਹੁਣ ਇਹ ਨਹੀਂ ਜਾਣਾ ਇਹ ਨਹੀਂ ਇੱਧਰ ਨੂੰ ਤੁਹਾਡੇ ਖੇਤਾਂ ਵੱਲੋਂ ਹੀ ਜਾਣਾ ਮੁੜ ਕੇ ਫਿਰ ਆਪੇ ਤੁਰ ਜਾਣੇ ਚਲ ਜਾਣੇ ਬੈਠਾ ਕਰੋ ਕੱਲ ਨੂੰ ਆਇਓ ਖਾਣ ਕੱਲ ਨੂੰ ਮਿਲਦੇ ਆ